ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਨੇ ਰੀਸੈਂਟਲੀ ਪਾਸ ਆਊਟ ਹੋਏ ਨੇ ਸਟੂਡੈਂਟ ਪਲੱਸ 2 ਕਰ ਲਈ ਹੈ ਚੰਗੀ ਪਰਸੈਂਟੇਜ ਆ ਗਈ ਹੈ ਜੁਲਾਈ ਇਨਟੇਕ ਬਾਰੇ ਪੁੱਛ ਰਹੇ ਨੇ ਅਪਲਾਈ ਕਰ ਸਕਦੇ ਆ ਕਿ ਨਹੀਂ ਨਵੰਬਰ ਇਨਟੇਕ ਲਈ ਵੀ ਆਖਿਰ ਕਦੋਂ ਤੱਕ ਤੁਹਾਨੂੰ ਅਪਲਾਈ ਕਰ ਲੈਣਾ ਚਾਹੀਦਾ ਤਾਂ ਕਿ ਤੁਹਾਡੀ ਪਸੰਦ ਦਾ ਕੋਰਸ ਤੁਹਾਡੀ ਪਸੰਦ ਦੀ ਤੁਸੀਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਸਕੋ ਸੋ ਇਸੇ ਨੂੰ ਲੈ ਕੇ ਬਹੁਤ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਅੱਜ ਅਸੀਂ ਵੀਡੀਓ ਜਰੀਏ ਸਾਂਝੀ ਕਰਨ ਜਾ ਰਹੇ ਆ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਨੈਵੀਗੇਟਰਸ ਓਵਰ ਸੀਜ਼ ਜੋ ਕਿ ਤਕਰੀਬਨ 28 ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਢੇਰੋ ਸਟੂਡੈਂਟਸ ਇਹਨਾਂ ਦੀ ਗਾਈਡੈਂਸ ਦੇ ਨਾਲ ਅੱਗੇ ਵਧੇ ਨੇ ਆਪਣੀ ਮਨ ਚਾਹੀ ਕੰਟਰੀ ਵਿੱਚ ਸਟੱਡੀ ਵੀਜ਼ਾ ਲਗਵਾ ਕੇ ਪਹੁੰਚੇ ਨੇ ਸੈਟਲ ਹੋ ਚੁੱਕੇ ਨੇ ਆਪਣੀ ਫੈਮਿਲੀ ਦੇ ਨਾਲ ਬਹੁਤ ਵਧੀਆ ਉੱਤੇ ਇੰਜੋਏ ਵੀ ਕਰ ਰਹੇ ਨੇ ਔਰ ਚੰਗੀਆਂ ਓਪਰਚ्युनिटीਜ਼ ਦਾ ਫਾਇਦਾ ਵੀ ਲੈ ਰਹੇ ਨੇ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਸਕਦੇ ਹੋ ਜੇਕਰ ਰਾਈਟ ਟਾਈਮ ਤੇ ਰਾਈਟ ਡਿਸੀਜਨ ਲਓਗੇ ਸੋ ਅ કે રીસેન્ટ પાસ્ટર સ્ટુડન્ટ ગોર ਨਾਲ જરૂર સુને આજની વિડિયો તાકે કીતે ભી કોઈ ગલતી તુસી પ્રોસેસ وچ ના કરો ટાઈમલી એપ્લાય કરકે ટાઈમલી તુસી જો હે અપના વિઝા ભી حاصل જરૂર કર સકો મેમ જરૂર ઇથે રીસેન્ટ પાસ્ટર સ્ટુડન્ટ دی ਜਦ ਆਪਾਂ ਗੱਲ ਕਰ ਰਹੇ ਆਂ ਅਪਲਾਈ ਕਰਨੇ ਹਾਲੇ ਉਹਨਾਂ ਨੇ ਜੁਲਾਈ ਇન્ટેક ਬਾਰੇ ਵੀ જરૂર ਦੱਸਿਓ ਔਰ ਨਵੰਬਰ ਇન્ટેਕ ਦੀ ਵੀ ਗੱਲ ਕਰਾਂਗੇ ਕੋਰਸੇਸ ਦਾ ਕਿੰਨਾ ਕੋ ફરਕ ਪੈਂਦਾ ਹੈ ਜੁਲਾਈ ਇન્ટેક ਜਾਂ ਨਵੰਬਰ ਇન્ટેક ਕਿਸ ਤਰੀਕੇ ਨਾਲ اگر કોઈ મન ચાહી યુનિવર્સિટી મન ચાહી કોર્સીસ ચાંદા તા ਕਿਵੇਂ ઓ સિલેક્શન કરે ਹਰਜੋਤ ਇਸ ਟਾਈਮ ਇੱਕ ਅੱਛੀ ਨਿਊਜ਼ ਹੈ ਕਿ ਪਿਛਲੇ 7-8-10 ਦਿਨ ਤੋਂ ਆਸਟ੍ਰੇਲੀਆ ਦੇ ਵੀਜ਼ੇ ਆਣੇ ਸ਼ੁਰੂ ਹੋ ਗਏ ਜਿਹੜੇ ਬੱਚਿਆਂ ਦੀ ਫਾਈਲਾਂ ਰੁਕੀ ਹੋਈਆਂ ਸੀਗੀਆਂ ਉਹਨਾਂ ਦੇ ਫਾਈਨਲ ਰਿਜ਼ਲਟ ਆ ਰਹੇ ਔਰ ਰਿਜ਼ਲਟ ਜ਼ਿਆਦਾਤਰ ਅੱਛੇ ਆ ਰਹੇ ਆ। ਮਤਲਬ ਇਦਾਂ ਦੇ ਵੀ ਵੀਜ਼ੇ ਆਏ ਕਿ ਬਿਲਕੁਲ 8 ਦਾ ਬੱਚਾ ਹੈ 3 ਸਬਜੈਕਟ ਹੈ ਸਟੇਟ ਬੋਰਡ ਦਾ ਪਾਸ ਆਊਟ ਹੈ ਕਾਲਜ ਦੇ ਵਿੱਚ ਬੱਚਾ ਹੈ ਲੈਵਲ 3 ਕਾਲਜ ਉਹਨਾਂ ਦੇ ਵੀ ਵੀਜ਼ੇ ਆਏ ਆ ਯੂਨੀਵਰਸਿਟੀਆਂ ਦੇ ਵੀ ਆਏ ਆ ਤੇ ਓਵਰਆਲ ਜਾ ਕੇ ਕੁਝ ਪੋਜ਼ਿਟਿਵਿਟੀ ਆਈ ਹੈ ਮਾਰਕੀਟ ਦੇ ਵਿੱਚ। ਹੁਣ ਮੈਕਸਿਮਮ ਬੱਚਾ ਇਸ ਟਾਈਮ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਤਾਂ ਉਹਨਾਂ ਦੇ ਵਾਸਤੇ ਇੱਕ ਅੱਛੀ ਨਿਊਜ਼ ਹੈ ਇੱਕ ਮੈਂ ਇਹ ਵੀ ਦੱਸਦਾ ਕਿ ਹਾਈਲ ਸਟੋਫਲ ਪੀਟੀ ਵਟ ਏਵਰ ਸਟੂਡੈਂਟ ਵਾਂਟ ਟੂ ਡੂ ਆਪਣੇ ਸਟੂਡੈਂਟ ਵਾਸਤੇ ਐਨਰੋਲਡ ਸਟੂਡੈਂਟ ਵਾਸਤੇ ਨੈਵੀਗੇਟਰ ਟੋਟਲ ਫ੍ਰੀ ਆਫ ਕਾਸਟ ਕੋਚਿੰਗ ਦਿੰਦਾ ਹੈ ਜੀ ਵੀ ਡੋਨਟ ਚਾਰਜ ਐਨੀਥਿੰਗ ਫ্রম ਦਾ ਸਟੂਡੈਂਟ ਔਰ ਇਹ ਹੈ ਕਿ ਗੈਰੰਟੀਡ ਰਿਜ਼ਲਟ ਸਭ ਤੋਂ ਇੰਪੋਰਟੈਂਟ ਕੀ ਹੈ कि ਤੁਹਾਡੇ ਰਿਜ਼ਲਟ ਗੈਰੰਟੀਡ ਹੋਣੇ ਚਾਹੀਦੇ ਉਹਦੀ ਸਾਡੀ ਗੈਰੰਟੀ ਹੈ ਜਿਹੜੇ ਬੱਚਿਆਂ ਦੇ ਹੁਣ ਐਗਜ਼ਾਮ ਜਿਹਨਾਂ ਦੇ ਕਲੀਅਰ ਹੋਏ ਹੈ ਪਲੱਸ 2 ਦੇ ਜਾਂ ਆਉਣ ਵਾਲੇ ਟਾਈਮ 'ਚ ਗ੍ਰੈਜੂਏਸ਼ਨ ਵਾਲੇ ਬੱਚੇ ਹੋਣਗੇ ਉਹਨਾਂ ਦੇ ਵਾਸਤੇ ਇੱਕ ਅੱਛੀ ਨਿਊਜ਼ ਹੈ ਹੁਣ ਜਿਹੜੇ 23 ਦੇ ਪਾਸ ਆਊਟ ਬੱਚੇ ਆ ਉਹਨਾਂ ਦੇ ਕੋਲ ਬਹੁਤ ਥੋੜਾ ਟਾਈਮ ਬਚਿਆ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਇਸ ਟਾਈਮ ਬਹੁਤ ਲਾਸਟ ਮੂਮੈਂਟ ਦੇ ਐਡਮਿਸ਼ਨ ਹੈ ਜਿਹੜੇ ਸਟੂਡੈਂਟਸ ਕਰਨਾ ਚਾਹਣ ਜਿਹੜੇ ਬਚ ਗਏ ਨਹੀਂ ਕਰ ਸਕੇ ਕਿਸੇ وجہ ਨਾਲ ਉਹ ਅਪਲਾਈ ਇਮੀਡੀਏਟ ਕਰ ਸਕਦੇ ਆ 24 ਪਾਸ ਆਊਟ ਵਾਲੇ ਜਿਹੜੇ ਆ ਉਹ ਜੇ ਉਹਨਾਂ ਦੇ ਰਿਜ਼ਲਟ ਆ ਚੁੱਕੇ ਆ ਇਲਸ ਤੇ ਪੀਟੀ ਦੇ ਜੋ ਵੀ ਉਹ ਵੀ ਇਮੀਡੀਏਟ ਅਪਲਾਈ ਕਰ ਸਕਦੇ ਆ ਅਦਰਵਾਈਜ਼ ਉਹ ਨਵੰਬਰ ਵਾਲੇ ਇੰਟੈਕ ਜਿੱਦਾਂ ਤੁਸੀਂ ਕਿਹਾ ਹੁਣ ਕੋਰਸ ਚੋਣ ਦੀ ਅੱਪਾਂ ਗੱਲ ਕਰੀ ਆ ਜੀ ਕੋਰਸ ਚੋਣ ਦਾ ਤੇ ਪਹਿਲੀ ਆਸਟ੍ਰੇਲੀਅਨ ਗਵਰਨਮੈਂਟ ਨੇ ਕਹਿਤਾ ਕਿ ਜਿਹੜੇ ਸਕਿੱਲ ਓਕਿਪੇਸ਼ਨ ਲਿਸਟ ਹੈ ਜਿਹੜੇ ਸਾਡੇ ਕੋਲ ਸ਼ਾਰਟੇਜ ਹੈ ਉਹਦੇ ਵਾਸਤੇ ਹੁਣ ਤੁਸੀਂ ਬਿਲਕੁਲ ਓਨੈਸਟਲੀ ਐਸਓਪੀ ਵਿੱਚ ਕਹਿ ਸਕਦੇ ਹੋ ਕਿ ਮੈਨੂੰ ਉੱਥੇ ਜੌਬ ਮਿਲੀ ਔਰ ਜੇ ਮੈਨੂੰ ਉੱਥੇ ਮੌਕਾ ਮਿਲਿਆ ਤੇ ਆਈ ਕੈਨ ਅਵੇਲ ਥਿਸ ਓਪਰਚ्युनिटी ਮੈਂ ਉੱਥੇ ਸੈਟਲ ਹੋ ਸਕਦਾ ਤੇ ਉਹ ਇੱਕ ਬਹੁਤ ਬੜੀ ਪੋਜ਼ਿਟਿਵ ਨਿਊਜ਼ ਐ ਸਟੂਡੈਂਟਸ ਵਾਸਤੇ ਨਹੀਂ ਤੇ ਜੇ ਬੱਚੇ ਨੇ ਉੱਥੇ ਸੈਟਲ ਵੀ ਹੋਣਾ ਹੋਏ ਤੇ ਉਹ ਕਹਿੰਦਾ ਸੀ ਮੈਂ ਵਾਪਸ ਇੰਡੀਆ ਆਣਾ ਹੈ ਬਿਲਕੁਲ ਉਹਨ ਕੋਰਸੇ ਜਿਹੜੇ ਹਮੇਸ਼ਾ ਆਲ ਇੰਜੀਨੀਅਰਿੰਗ ਕੋਰਸੇਜ਼ ਆਰ ਇਨ ਸਕਿਲ ਅਕੁਪੇਸ਼ਨ ਲਿਸਟ ਜਾਂ ਜਿਹੜੇ ਇਹਨਾਂ ਦੇ ਸ਼ਾਰਟੇਜ ਲਿਸਟ ਹੈ ਤੇ ਉਹ ਸਾਰੇ ਹੀ ਸਟੂਡੈਂਟ ਜਿਹੜੇ ਇਦਾਂ ਦੇ ਕੋਰਸੇ ਕਿਉਂਕਿ ਹਰ ਪ੍ਰੋਫਾਈਲ ਦਾ ਕੋਰਸ ਅਲੱਗ ਹੋਏਗਾ ਆਈਟੀ ਦੇ ਵਿੱਚ ਵੀ ਬਹੁਤ ਸਾਰੀ ਹੁਣ ਕੈਟਾਗਰੀਜ਼ ਹੋ ਚੁੱਕੀਆਂ ਆਈਟੀ ਦੇ ਵਿੱਚ ਤੇ ਅਨਲਿਮਿਟਿਡ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਸਕਿਉਰਿਟੀ ਡਾਟਾ ਮਤਲਬ ਬੜਾ ਕੁਛ ਹੈ ਆਈਟੀ ਦੇ ਵਿੱਚ ਥੈਨ ਤੁਹਾਡੇ ਇੰਜੀਨੀਅਰਿੰਗ ਦੇ ਵਿੱਚ ਹੋਰ ਬਹੁਤ ਸਾਰੇ ਇਲੈਕਟ੍ਰੀਕਲ ਮਕੈਨਿਕਲ ਕੰਸਟਰਕਸ਼ਨ ਇਹਨਾਂ ਦੇ ਰਿਲੇਟਿਡ ਹੈ ਜਿਆਦਾਤਰ ਜਿਹੜਾ ਇਸ ਟਾਈਮ ਸकोप ਹੈ ਉਹ ਸਾਰਾ ਇੰਜੀਨੀਅਰਿੰਗ ਦਾ ਤੁਸੀਂ ਜੋ ਮਰਜ਼ੀ ਸਟੇਟ ਚੱਕ ਲੋ ਇੰਜੀਨੀਅਰਸ ਦੇ ਉੱਤੇ ਸ਼ਾਰਟ ਇਸ ਵੈਸਟਰਨ ਆਸਟ੍ਰੇਲੀਆ ਵਿੱਚ ਤੁਸੀਂ ਦੇਖੋ ਮਾਈਨਿੰਗਸ ਦੀ ਬਿਲਕੁਲ ਉਹਨਾਂ ਨੂੰ ਹਰ ਟਾਈਮ ਮਾਈਨਿੰਗ ਤੇ ਇਲੈਕਟ੍ਰੀਕਲ ਵੀ ਹੈ ਕੰਸਟਰਕਸ਼ਨ ਵੀ ਹੈ ਆਈਟੀ ਤੇ ਹਮੇਸ਼ਾ ਹੀ ਹਮੇਸ਼ਾ ਮਿਲੀਅਨ ਮਿਲੀਅਨ ਡਾਲਰ ਐ ਡਿਟਕਵਨ ਯੂਨੀਵਰਸਿਟੀ ਨੇ ਗਵਰਨਮੈਂਟ ਨੇ ਗਵਰਨਮੈਂਟ ਨੇ ਫੰਡਿੰਗ ਕਿੰਨੀ ਸੀ ਫਾਰ ਥਿਸ ਸਾਈਬਰ ਸਿਕਿਉਰਿਟੀ ਹਾਰਡ ਸਟੇਟ ਦੀ ਆਪਣੀ ਇੱਕ ਸ਼ਾਰਟੇਜ ਚੱਲ ਰਹੀ ਹੈ ਹਾਰਡ ਸਟੇਟ ਦੀ ਜਿਹੜੀ ਆਪਣੀ ਡਿਮਾਂਡ ਹੈ ਕੋਰਸੇਸ ਤੁਸੀਂ ਅੱਛੇ ਲੋ ਜੋ ਵੀ ਅੱਛਾ ਕੋਰਸ ਹੋਏਗਾ ਉਹਦੇ ਵਿੱਚ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ ਐਂਡ ਤੁਸੀਂ ਬਿਲਕੁਲ ਧਿਆਨ ਲਗਾ ਕੇ ਆਪਣਾ IELTS PETE TOEFL ਜ਼ਰੂਰ ਕਰੋ ਕਿਉਂਕਿ ਤੁਹਾਡੇ ਪਰਸੈਂਟੇਜ 60 65 ਮਿਨੀਮਮ ਪਰਸੈਂਟੇਜ ਹੈ ਪਲੱਸ 2 ਵਾਸਤੇ ਗ੍ਰੈਜੂਏਸ਼ਨ ਵਾਸਤੇ ਜਿਹੜਾ 55 ਤੋਂ 60 65% ਸੈਕਸ਼ਨ 3 ਯੂਨੀਵਰਸਿਟੀ ਅਤੇ 65 ਅਦਰਵਾਇਜ਼ 60 ਸੈਕਸ਼ਨ 1 ਯੂਨੀਵਰਸਿਟੀ ਅਤੇ 55 ਤੋਂ 60 اور سیکشن 2 ਦੀ ਵੀ 60 ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਇੰਡੀਆ ਦੀ ਯੂਨੀਵਰਸਿਟੀ ਹੈ ਉਹ ਸੈਕਸ਼ਨ 1 2 3 ਅੱਦਾਂ ਚੱਲਦੀਆਂ ਲੈ ਜਿੱਦਾਂ ਕਹਿੰਨਾ ਇਹ ਯੂਨੀਵਰਸਿਟੀ ਟਾਪ ਦੀ ਹੈ ਆ ਜਿਹੜੀ ਗਵਰਨਮੈਂਟ ਯੂਨੀਵਰਸਿਟੀਆਂ ਬੜੀ ਯੂਨੀਵਰਸਿਟੀਆਂ ਉਹ ਸਾਰੀ ਤੁਹਾਡੇ ਮੈਕਸੀਮਮ ਜਿਹੜੀ ਹੈ ਸੈਕਸ਼ਨ 1 ਜਾਂ ਲੈਵਲ 1 ਦੀਆਂ ਔਰ ਜਿਹੜੀ ਪ੍ਰਾਈਵੇਟ ਯੂਨੀਵਰਸਿਟੀਆਂ ਮੈਕਸੀਮਮ ਲੈਵਲ 3 'ਚ ਜਾ ਰਹੀਆਂ ਉਹਦੇ ਵਿੱਚ ਆਲੇ ਸਾਨੂੰ ਚੈੱਕ ਕਰਨੀ ਪੈਂਦੀਆਂ ਇਹ ਸਾਰਾ ਕਥਾ ਜੀ ਜੀ ਬਿਲਕੁਲ ਸੋ ਜ਼ਰੂਰ ਸਾਰੇ ਸਟੂਡੈਂਟ ਜੋ ਹੈ ਸਹੀ ਗਾਈਡੈਂਸ ਦੇ ਨਾਲ ਅੱਗੇ ਵਧਣ ਕੋਈ ਡਾਊਟ ਹੋਵੇ ਤੁਹਾਡੇ ਮਨ ਵਿੱਚ ਜ਼ਰੂਰ ਜਿਹੜਾ ਨੰਬਰ ਡਿਸਪਲੇ ਨੇਵੀਗੇਟਰਸ ਓਵਰਸੀਜ਼ ਆ ਇਸ ਉੱਪਰ ਟਾਈਮਲੀ ਕਾਲ ਕਰੋ ਸਹੀ ਸਲਾਹ ਲਓ ਸਹੀ ਕੋਰਸੇਜ਼ ਹੀ ਸਿਲੈਕਸ਼ਨ ਦੇ ਨਾਲ ਹੀ ਅੱਗੇ ਵਧੋ ਬਾਕੀ ਜਿਵੇਂ ਮੈਮ ਨੇ ਦੱਸਿਆ ਕਿ ਫ੍ਰੀ ਆਇਲਸ ਵੀਟੀ ਜੋ ਹੈ ਨੇਵੀਗੇਟਰਸ ਓਵਰਸੀਜ਼ ਵੱਲੋਂ ਕਰਵਾਈ ਜਾਂਦੀ ਹੈ ਸਟੂਡੈਂਟਸ ਨੂੰ ਜਿਹੜੇ ਨੇਵੀਗੇਟਰਸ ਓਵਰਸੀਜ਼ ਤੋਂ ਅਪਲਾਈ ਕਰਦੇ ਨੇ ਸੋ ਜ਼ਰੂਰ ਤੁਸੀਂ ਫ੍ਰੀ ਆਇਲਸ ਕੋਚਿੰਗ ਵੀ ਲੈ ਸਕਦੇ ਹੋ ਟਾਈਮਲੀ ਜ਼ਰੂਰ ਚੀਜ਼ਾਂ ਸਮਝ ਲਓ ਕਿਵੇਂ ਕਦੋਂ ਜੋ ਹੈ ਤੁਸੀਂ ਸਟਾਰਟ ਕਰ ਸਕਦੇ ਹੋ ਕਲਾਸਿਸ ਤਾਂ ਇਸ ਲਈ ਤੁਹਾਨੂੰ ਇਸ ਨੰਬਰ ਤੇ ਕਾਲ ਕਰਨਾ ਪਏਗਾ ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਨੈਵੀਗੇਟਰਸ ਓਵਰ ਸੀਜ਼ ਅਫੀਸ ਤਾਂ ਕਿ ਸਭ ਚੀਜ਼ਾਂ ਚੰਗੀ ਤਰ੍ਹਾਂ ਸਮਝ ਲਓ ਕੋਚਿੰਗ ਨੂੰ ਲੈ ਕੇ ਔਰ ਨਾਲ ਦੇ ਨਾਲ ਅਪਲਾਈ ਕਰਨ ਨੂੰ ਲੈ ਕੇ ਤਾਂ ਕਿ ਰਾਈਟ ਟਾਈਮ ਤੇ ਰਾਈਟ ਡਿਸੀਜਨ ਤੁਸੀਂ ਲਓ ਆਪਣੀ ਲਾਈਫ ਦਾ ਜਿਹੜਾ ਤੁਹਾਡਾ ਸੁਪਨਾ ਹੈ ਸੈਟਲ ਹੋਣ ਦਾ ਆਸਟ੍ਰੇਲੀਆ ਦੇ ਵਿੱਚ ਉਹ ਟਾਈਮਲੀ ਤੁਸੀਂ ਪੂਰਾ ਕਰ ਸਕੋ ਬਹੁਤ ਬਹੁਤ ਥੈਂਕਸ ਮੈਮ ਐ ਡਿਟੇਲ ਵਿੱਚ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂ Thank you.